जिंदाबाद जिंदाबाद जिंदाबाद। पंजाब सरकार हाय 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 हाय। पंजाब सरकार ने पाया गंद, खोले ठेके काज बंद। मेरा नाम जी करणवीर सारों। अज जो तुम प्रोटेस्ट कर रहे हो, की है कारण? देखो जी, जिवें 19 मार्च नूं आ जिहड़ा वो सरकारां वल्लों आ जिहड़ा एक नोटिस जारी किया गया सीगा वी जिहड़े 31 मार्च तक ने वो स्कूल कॉलेज बंद किए जाणगे, वी लॉकडाउन आ जिहड़ा दुबारा लगा दिता गया गा, नाइट करफ्यू दे विच लाया गया सीगा ते स्कूल कॉलेज बंद किए गए सीगे। हालांकि जिहड़ा विद्यार्थी नाल सरासर धक्का किया गया गा, जिहड़े स्कूल कॉलेज ने जिहड़े बंद किए गए ने, क्योंकि आपां नूं सब नूं पता जिहड़ा करोना दा पिछला साल लंघिया उहदे विच विद्यार्थियों का एक साल तक जिहड़ी पढ़ाई दा नुकसान हो चुक्या गा, ते इस तों बाद सिर्फ एक महीना ही जिहड़े ने कॉलेज उह खोले गए ने, इस तों बाद फिर जिहड़े कॉलेज बंद किए गए ने। इस मुद्दे नूं लै के जिहड़ी पंजाब दीआं 9 विद्यार्थी जथेबंदियां दे वल्लों आ जिहड़ा वो 30 मार्च नूं वो सद्दा दित्ता गया सीगा वी सारे पूरे पंजाब भर दे विच आ जिहड़ा वो SDM-ਾਂ ਨੂੰ ਤਹਿਸੀਲਦਾਰਾਂ ਨੂੰ ਤੇ DC-ਾਂ ਜਿਹੜੇ ਮੰਗ ਪੱਤਰ ਨੇਗੇ ਉਹ ਸੌਂਪੇ ਜਾਣਗੇ ਅਤੇ ਕਾਲਜ ਖੋਲਣ ਦੀ ਜਿਹੜੀ ਉਹ ਮੰਗ ਕੀਤੀ ਜਾਊਗੀ। ਜੇ ਸਰਕਾਰ ਸਾਡੀ ਮੰਗ ਨੂੰ ਅਜੇ ਨਹੀਂ ਮੰਨੂਗੀ ਤਾਂ ਜਿਹੜਾ ਵਿਦਿਆਰਥੀ ਜਿਹੜਾ ਸੰਘਰਸ਼ ਹੈਗਾ ਇਹ ਹੋਰ ਧੱਕਾ ਕੀਤਾ ਜਾਊਗਾ। ਕਿਹੜੀ ਯੂਨੀਵਰਸਿਟੀ ਦੇ ਤੁਸੀਂ ਇੱਥੇ ਸਟੂਡੈਂਟ ਹੋ? ਅਸੀਂ ਜੀ ਯੂਨੀਵਰਸਿਟੀ ਕਾਲਜ ਬੇਨੜ ਦੇ ਸਟੂਡੈਂਟ ਹਾਂ। ਇਹ ਯੂਨੀਵਰਸਿਟੀ ਕਾਲਜ ਬੇਨੜ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕਨਸਟੀਟਿਊਟ ਕਾਲਜ ਹੈ ਜੀ। ਮੇਰਾ ਨਾਮ ਜਸਵਿੰਦਰ ਸਿੰਘ। ਕੀ ਕਹੋਗੇ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ? ਪ੍ਰੋਟੈਸਟ ਸਰ ਇਦਾਂ ਸੀਗਾ, ਜਿੱਦਾਂ ਵੀ ਕਾਲ ਸੀ ਸਾਡੀ, 9 ਸਾਡੀ ਯੂਨੀਅਨ ਹੈਗੀਆਂ ਜਿਹੜੀਆਂ, ਅਤੇ ਉਹਨਾਂ ਵਿੱਚੋਂ ਸਾਡੀ ਯੂਨੀਅਨ ਹੈ ਰੈਡੀਕਲ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ। ਜਿੱਦਾਂ ਕਿ ਅਸੀਂ ਉਹਨਾਂ ਦੀ ਕਾਲ 'ਤੇ ਅੱਜ ਇਕੱਠੇ ਹੋਏ ਸੀਗੇ, ਕਿਉਂਕਿ ਪਿਛਲੇ ਦਿਨ ਹੀ ਜਿਵੇਂ ਕਿ ਪਿਛਲੇ ਸਾਲ ਦੀ ਚੱਲਦਾ ਰਿਹਾ ਵੀ ਆ ਮਹੀਨੇ ਤੱਕ ਕਾਲ ਖੋਲ੍ਹੇ ਜਾਣਗੇ ਜਾਂ 3 ਮਹੀਨੇ ਤੱਕ ਜਿਹੜਾ ਕਿ ਲੋਕਡਾਊਨ ਖਤਮ ਕੀਤਾ ਜਾਊਗਾ, ਉਹਦੇ ਸਿੱਟੇ ਵਜੋਂ ਅੱਜ ਹੁਣ ਫਿਰ ਮਾਰਚ ਵਿੱਚ ਅਤੇ ਹੁਣ ਫਿਰ ਦੁਬਾਰੇ ਲੋਕਡਾਊਨ ਕੀਤਾ ਗਿਆ ਹੈਗਾ, ਅਤੇ ਜਿੱਥੇ ਕਿ ਅੱਜ ਠੇਕੇ ਖੋਲ੍ਹੇ ਨੇਗੇ ਅਤੇ ਕਾਲਜ ਸਿਰਫ ਕਾਲਜ ਹੀ ਬੰਦ ਨੇਗੇ, ਹੋਰ ਸਾਰੇ ਅਦਾਰੇ ਖੁੱਲ੍ਹੇ ਨੇ। ਹੁਣ ਜਿਵੇਂ ਲਾ ਲਓ ਤੁਸੀਂ ਬਾਘੇ ਪੁਰਾਣੇ ਰੈਲੀ ਹੋ ਕੇ ਅੱਡੀਆਂ, ਲੱਖਾਂ ਦਾ ਕੱਟ ਸੀ ਉੱਥੇ ਵੀ, ਅਤੇ ਉੱਥੇ ਪ੍ਰਸ਼ਾਸਨ ਨੇ ਕਿਉਂ ਨਾ ਉੱਥੇ ਉੱਤਾ ਚੱਕਿਆ, ਜਾਂ ਹੋਰ ਵੀ ਹੁਣ ਇੱਥੇ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਪ੍ਰੋਟੈਸਟ ਕਰ ਰਹੇ ਨੇ, ਜਿਵੇਂ ਕਿ ਆਪਣੇ ਦਿੱਲੀ 'ਚ ਪ੍ਰੋਟੈਸਟ ਕਰ ਰਹੇ ਨੇਗੇ ਕਿਸਾਨ ਜਥੇਬੰਦੀਆਂ, ਉੱਥੇ ਵੀ ਲੱਖਾਂ ਦਾ ਕੱਟ ਹੈਗਾ, ਅਤੇ ਉੱਥੇ ਕਿਉਂ ਨਹੀਂ ਸਰਕਾਰ ਬੋਲ ਰਹੀ? ਅਤੇ ਆਉਣ ਵਾਲਾ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲਾ ਸੰਘਰਸ਼ ਕੀ ਹੋਊਗਾ? ਆਉਣ ਵਾਲਾ ਸੰਘਰਸ਼ ਸਰ ਇੱਦਾਂ ਸੀਗਾ ਕਿ ਸਾਡੇ ਹੁਣ ਜਿਹੜਾ ਸੰਘਰਸ਼ ਸੀਗਾ ਵੀ ਪੁਤਲੇ ਫੂਕਣੇ ਆ ਜਾਂ SDM ਨੂੰ ਮੰਗ ਪੱਤਰ ਦੇਣੇ ਆ, ਤਾਂ ਉਹਨਾਂ ਤੱਕ ਅਸੀਂ ਸਾਡੀ ਆਵਾਜ਼ ਸੀਗੀ ਕਿ ਮੁੱਖ ਕੈਪਟਨ ਸਰਕਾਰ ਤੱਕ ਅਤੇ ਇਹਨਾਂ ਸਾਡੀ ਆਵਾਜ਼ ਜਿਹੜੀ SDM ਰਾਹੀਂ ਜਾਵੇ, ਅਤੇ ਜੇ ਨਾ ਸਾਡੀਆਂ ਮੰਗਾਂ ਮੰਨੀਆਂ ਗਈਆਂ ਤਾਂ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ The Fact News।